ਹੁਣ ਗੱਲ ਪੰਜਾਬ ਦੇ ਕਿਸਾਨ ਬਾਰੇ ਮੰਡੀਆਂ ਵਿੱਚ ਇਸ ਸਮੇਂ ਕਿਸਾਨ ਦਾ ਹਾਲ ਉਹੀ ਹੈ ਜੋ ਇੱਕ ਹਫ਼ਤਾ ਪਹਿਲਾਂ ਸੀ ਦਾਅਵੇ ਬੇਸ਼ੱਕ ਵੱਡੇ ਵੱਡੇ ਕੀਤੇ ਗਏ ਪਰ ਅਜੇ ਤੱਕ ਕਿਸਾਨ ਨੂੰ ਫਸਲ ਦੀ ਅਦਾਇਗੀ ਨਹੀਂ ਹੋਈ ਇਸ ਦਾ ਸਬੂਤ ਗੁਰਦਾਸਪੁਰ ਦੀ ਮੰਡੀ ਵਿੱਚ ਸਾਫ਼ ਦੇਖਣ ਨੂੰ ਮਿਲਿਆ ਕਿਸਾਨ ਦੇ ਹਾਲਾਤ ਤੋਂ ਸਭ ਜਾਣੂ ਨੇ ਕਿਸਾਨ ਦੀ ਖਬਰ ਲੈਣ ਮੰਡੀਆਂ ਵਿੱਚ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਵਰਕਰ ਆਉਂਦੇ ਨੇ ਤੇ ਜਾਇਜ਼ਾ ਲੈਣ ਮਗਰੋਂ ਇੱਕ ਦੋ ਦਿਨ ਅੰਦਰ ਅਦਾਇਗੀ ਦੇ ਵਾਅਦੇ ਕਰਕੇ ਚਲੇ ਜਾਂਦੇ ਨੇ ਕਿਸਾਨਾਂ ਨੂੰ ਅਦਾਇਗੀ ਹੋ ਜਾਵੇ ਇਹ ਸ਼ਲਾਘਾਯੋਗ ਹੋਵੇਗਾ ਪਰ ਅਦਾਇਗੀ ਹੋਵੇ ਤਾਂ ਸਹੀ ਇਸ ਵਾਰ ਦਾ ਜਿਹੜਾ ਪ੍ਰਬੰਧ ਆ ਇੰਨਾ ਵਧੀਆ ਪ੍ਰਬੰਧ ਕਦੇ ਇਤਿਹਾਸ 'ਚ ਨਹੀਂ ਹੋਇਆ ਅਸੀਂ ਅੱਜ ਡੀਸੀ ਸਾਹਿਬ ਨਾਲ ਸੀਗੇ ਅਸੀਂ ਸਾਰੀਆਂ ਕਾਦੀਆਂ ਹਲਕੇ ਦੀਆਂ ਜਿਹੜੀਆਂ ਮੇਨ ਮੰਡੀਆਂ ਸੀ ਧਾਰੀਵਾਲ ਕਾਦੀਆਂ ਕਾਨੂੰਵਾਨ ਅਤੇ ਹੁਣ ਭੈਣੀ ਮੇਖਾਂ ਆਏ ਹਾਂ ਅਤੇ ਸਾਰੀਆਂ ਥਾਵਾਂ 'ਤੇ ਕੋਈ ਪ੍ਰੋਬਲਮ ਨਹੀਂ ਹੈ ਕੁਝ ਪੇਮੈਂਟ ਦੀ ਪ੍ਰੋਬਲਮ ਆ ਉਹ ਵੀ ਡੀਸੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇੱਕ ਜਾਂ ਦੋ ਦਿਨ ਦੇ ਵਿੱਚ ਉਹ ਵੀ ਹੱਲ ਹੋ ਜਾਏਗਾ ਪੰਜਾਬ ਸਰਕਾਰ ਦੇ ਸਾਨੂੰ ਆਦੇਸ਼ ਨੇ ਡਿਪਟੀ ਕਮਿਸ਼ਨਰ ਐਸ ਡੀ ਐਮ ਤਹਿਸੀਲਦਾਰ ਨੈਬ ਤਹਿਸੀਲਦਾਰ ਅਤੇ ਨਾਲ ਨਾਲ ਸਾਡੀਆਂ ਜਿੰਨੀਆਂ ਵੀ ਪ੍ਰਕੋਰਮੈਂਟ ਏਜੰਸੀਆਂ ਹੈ ਚਾਹੇ ਉਹ ਪੰਜਾਬ ਐਗਰੋ ਹੈ ਮਾਰਕਫੈੱਡ ਹੈ ਪਿੰਗਰੇਨ ਹੈ ਉਹ ਸਾਰੇ ਹੀ ਆਫਿਸਰ ਅਧਿਕਾਰੀ ਅਸੀਂ ਸਾਰੇ ਇਕੱਠੇ ਹੋ ਕੇ ਅਲੱਗ ਅਲੱਗ ਮੰਡੀਆਂ ਦੇ ਵਿੱਚ ਜਾ ਰਹੇ ਹਾਂ ਤਾਂ ਕਿ ਫਾਰਮਰਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਹਰ ਜਗ੍ਹਾ ਦੇ ਉੱਤੇ ਬਾਰਦਾਨੇ ਦਾ ਪ੍ਰਬੰਧ ਕੀਤਾ ਹੋਇਆ ਹੈ ਡਰਿੰਕਿੰਗ ਵਾਟਰ ਦਾ ਪ੍ਰਬੰਧ ਕੀਤਾ ਗਿਆ ਹੈ ਲਿਫਟਿੰਗ ਦਾ ਪ੍ਰਬੰਧ ਕੀਤਾ ਗਿਆ ਇਹਦੇ ਨਾਲ ਨਾਲ ਅਸੀਂ ਸਾਡੇ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਕਿ ਜਦੋਂ ਫਾਰਮਰ ਦਾ ਜਿਹੜਾ ਆਪਣੀ ਉਹ ਆਉਂਦੀ ਹੈ ਫਸਲ ਇੱਥੇ ਤਾਂ ਇਮੀਡੀਏਟਲੀ ਸੇਮ ਡੇ ਉਹਦੀ ਪਰਚੇਜ਼ ਕੀਤੀ ਜਾਵੇ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਚਾਹਾਂਗਾ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ 3,92,000 ਐੱਮ ਟੀ ਜਿਹੜਾ ਵੀਟ ਹੈ ਉਹਦੀ ਪ੍ਰਕੋਰਮੈਂਟ ਉਹਦਾ ਟੋਟਲ ਸਾਡੇ ਕੋਲ ਆਮਦ ਹੋਈ ਹੈ ਜਿਸ ਦੇ ਵਿੱਚੋਂ 3,85,000 ਜਿਹੜਾ ਐੱਮ ਟੀ ਹੈ ਉਹ ਅਸੀਂ ਜਿਹੜਾ ਹੈ ਖਰੀਦ ਕਰ ਚੁੱਕੇ ਹਾਂ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਮੰਡੀ ਦਾ ਦੌਰਾ ਕਰਨ ਪਹੁੰਚੇ ਜਗਰੂਪ ਸੇਖੋਂ ਵੀ ਕੁਝ ਅਜਿਹੇ ਹੀ ਦਾਅਵੇ ਕਰ ਰਹੇ ਸਨ ਕਿ ਕਿਸਾਨ ਨੂੰ ਮੰਡੀਆਂ 'ਚ ਕੋਈ ਦਿੱਕਤ ਨਹੀਂ ਹੈ ਤਿੱਖੀ ਧੁੱਪ ਵਿੱਚ ਦਿਨ ਭਰ ਮੰਡੀਆਂ 'ਚ ਖੱਪ ਰਹੇ ਕਿਸਾਨ ਕਾਫੀ ਦੁਖੀ ਨਜ਼ਰ ਆਏ ਸਮੇਂ ਸਿਰ ਲਿਫਟਿੰਗ ਤੇ ਅਦਾਇਗੀ ਨਾ ਹੋਣ ਦੀ ਸ਼ਿਕਾਇਤ ਕਰਦੇ ਕਿਸਾਨ ਤੇ ਆੜ੍ਹਤੀਆਂ ਨੇ ਆਪਣੀ ਮਜਬੂਰੀ ਬਿਆਨ ਕੀਤੀ ਜੋ ਸਾਰਾ ਕੰਪੈਨਾਂ ਦਾ ਖਰਚਾ ਜੋ ਤੂੜੀ ਦਾ ਖਰਚਾ ਉਹ ਤਾਂ ਪੈਸੇ ਪਹਿਲਾਂ ਮੰਗਦੇ ਨੇ ਉਹਨਾਂ ਨੇ ਪਹਿਲਾਂ ਦੇਣੇ ਹੁੰਦੇ ਉਹ ਬੰਦਾ ਕਿੱਥੋਂ ਪੈਸੇ ਦੇਵੇ ਉਹਨਾਂ ਨੂੰ ਉਹਨਾਂ ਨੂੰ ਉਹ ਪੈਸੇ ਤਾਂ ਉਸੇ ਲਈ ਮੰਗਦੇ ਉਹਨਾਂ ਨੂੰ ਪੈਸੇ ਕਿੱਥੋਂ ਦੇਵੇ ਜੇ ਪੈਸੇ ਛੇਤੀ ਦੇਣ ਤਾਂ ਪੈਸੇ ਗਾੜੀ ਉਹਨਾਂ ਨੂੰ ਪੇਮੈਂਟ ਉਸੇ ਲਈ ਕਰੀਏ ਲਿਫਟਿੰਗ ਦਾ ਬਹੁਤ ਮਾੜਾ ਹਾਲ ਆ ਵੇਖੋ ਕਿਸ ਤਰ੍ਹਾਂ ਬੋਰੀਆਂ ਲੱਗੀਆਂ ਪਈਆਂ ਇੱਥੇ ਨਾ ਕੋਈ ਗੱਡੀ ਆ ਰਹੀ ਆ ਨਾ ਕੋਈ ਸੁਣਵਾਈ ਹੋ ਰਹੀ ਆ ਜੀ ਅਤੇ ਸਾਡੀ ਇਹੋ ਹੀ ਆ ਵੀ ਆਪਣਾ ਮਿੰਟੋ ਮਿੰਟੀ ਮਾਲ ਚੁੱਕਣਾ ਚਾਹੀਦਾ ਲੇਬਰ ਵਿਹਲੀ ਬੈਠੀ ਆ ਮਾਲ ਚੁੱਕਿਆ ਜਾਏ ਤਾਂ ਇਹ ਵੀ ਘਰ ਨੂੰ ਜਾਣ ਇਹ ਸਰਕਾਰ ਤੱਕ ਸਾਡੀ ਅਪੀਲ ਆ ਵੀ ਇਹ ਬੇਨਤੀ ਆ ਸਾਡੀ ਵੀ ਇਹ ਫਟਾਫਟ ਕਰਾਓ ਜੀ ਕੰਮ ਗੱਡੀਆਂ ਭੇਜੋ ਆ ਟਰਾਂਸਪੋਰਟ ਦਾ ਜਿਹਨੂੰ ਟੈਂਡਰ ਦਿੱਤਾ ਜਾ ਉਹ ਕੋਈ ਸੁਣਵਾਈ ਨਹੀਂ ਕਰਦਾ ਪਿਆ ਸਾਡੀ ਕਿਸਾਨ ਦੀ ਹਾਲਤ ਸੁਧਰੇਗੀ ਕਿਸਾਨ ਲਈ ਸਰਕਾਰ ਬਹੁਤ ਕੁਝ ਕਰ ਰਹੀ ਹੈ ਇਹੋ ਜਿਹੇ ਦਾਅਵੇ ਤਾਂ ਆਮ ਹੀ ਸੁਣਨ ਨੂੰ ਮਿਲ ਜਾਂਦੇ ਨੇ ਪਰ ਕਿਸਾਨ ਨਾਲ ਗੱਲ ਕਰਕੇ ਹਰ ਵਾਰ ਇਹਨਾਂ ਦਾਅਵਿਆਂ ਦੀ ਪੋਲ ਖੁੱਲ੍ਹ ਜਾਂਦੀ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ